ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ YouTube ਚੈਨਲ Tractor Bajha 2 ਦੇ ਉੱਪਰ ਸਭ ਤੋਂ ਪਹਿਲਾਂ ਜਿੰਨੇ ਵੀਰ ਭਾਈ ਸੱਜਣ ਮਿੱਤਰ ਚੈਨਲ ਦੇ ਉੱਪਰ ਨਵੇਂ ਆਏ ਨੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਸਾਡੇ ਦੂਜੇ ਚੈਨਲ PB Nati Dairy Farm ਗੱਲ ਟਰੈਕਟਰ ਇਨਫੋਰਮੇਸ਼ਨ ਤੇ ਜੱਟ ਜੋਂ ਟੂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਆਪਣੇ ਕੋਲ ਜਿਹੜਾ ਟਰੈਕਟਰ ਸੇਲ ਦੇ ਲਈ ਆ ਜਾਂਦਾ ਜੀ Farm Tract 60 60 ਆ ਜਾਂਦਾ ਜੀ 2013 ਮਾਡਲ ਦਾ ਟਰੈਕਟਰ ਇਹ ਬਹੁਤ ਹੀ ਜ਼ਿਆਦਾ ਸੋਹਣੀ ਕੰਡੀਸ਼ਨ ਦੇ ਵਿੱਚ ਸਾਫ਼ ਲੋਕ ਤੇ ਵਾਹ ਕੇ ਚਲਾ ਕੇ ਦੇਣ ਦੀ ਜਿਹੜੀ ਟਰੈਕਟਰ ਦੀ ਮਾਲਕੀ ਨਾਲ ਵੱਲੋਂ ਗਾਰੰਟੀ ਦਿੱਤੀ ਜਾ ਰਹੀ ਆ ਤਸੱਲੀ ਆ ਪੂਰੀ ਜਿਹੜੋ ਮਰਜ਼ੀ ਜਾ ਕੇ ਤੁਸੀਂ ਚੈੱਕ ਕਰਕੇ ਵਾਹ ਕੇ ਉਹਨੂੰ ਖਰੀਦ ਸਕਦੇ ਹੋ ਕਮੀ ਪੇਸ਼ੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਰੰਗ ਪੇਂਟ ਟੋਟਲੀ ਜਿਹੜਾ ਟਰੈਕਟਰ ਦਾ ਹੈਗਾ Ориਜਨਲ ਆ ਕਿਤੋਂ ਰੰਗ ਦੁਬਾਰਾ ਨਹੀਂ ਹੋਇਆ ਸ਼ੋ ਸ਼ੂ ਦਾ ਰੰਗ ਸ਼ੋ ਬਹੁਤ ਸੋਹਣੀ ਆ ਵਧੀਆ ਸਮਾ ਕੰਡੀਸ਼ਨ ਦੇ ਵਿੱਚ ਪਈ ਹੋਈ ਆ 3 ਲੱਖ ਤੇ 95000 ਰੁਪਇਆ ਮੁੱਲ ਮੰਗਦੇ ਪਏ ਆ ਇਹਦਾ ਬਾਕੀ ਮੌਕੇ ਦੇ ਉੱਤੇ ਜਿਹੜਾ ਘਟ ਕੀਤਾ ਜਾਊਗਾ ਡੈਕ ਤੇ ਛਤਰੀ ਵਗੈਰਾ ਬਾਰੇ ਤੁਸੀਂ ਪੁੱਛ ਲਿਓ ਮਾਲਕਾਂ ਦੇ ਜੋ ਵੀ ਨੰਬਰ ਨੇ ਸੰਪਰਕ ਦੇ ਆਪਣੇ ਵੱਲੋਂ ਥੱਲੇ ਦਿੱਤੇ ਗਏ ਨੇ ਤੇ ਅੱਗੇ ਜਾ ਕੇ ਆਪਣੇ ਕੋਲ ਆ ਜਾਂਦਾ ਜੀ ਨਿਊ ਹਾਲੈਂਡ 7500 4-ਵੀਲ ਡਰਾਈਵ ਟਰੈਕਟਰ ਆ ਜੀ 2014 ਮਾਡਲ ਆ 4-ਵੀਲ ਡਰਾਈਵ ਦਾ ਟਰੈਕਟਰ ਆ ਜੀ 14 ਮਾਡਲ ਦਾ ਟਰੈਕਟਰ ਇਹ ਸੋਨਾ ਬਹੁਤ ਪਿਆ ਹੋਇਆ ਵਾ ਤੇ 3 ਸਪੀਡ ਆ 3 ਸਪੀਡ ਆ ਜਿਹਰੇ ਏਰੀਏ 'ਤੇ ਖੜਾ ਹੋਇਆ ਵਾ 4x4 ਵੇਟ ਵਾਲੀਆਂ ਪਲੇਟਾਂ ਤੇ ਫੈਵਰ ਆਰਡਰ ਲੱਗੀ ਹੋਈ ਆ ਸ਼ੋ ਦਾ ਰੰਗ ਇੰਜਨ ਬਾਡੀ ਚੈਸੀ ਲਿੰਕਾਂ ਦਾ ਰੰਗ ਟੋਟਲੀ オリジナル ਕਲਰ ਆ ਕਿਤੋਂ ਰੰਗ ਦਵਾਰਾ ਨਹੀਂ ਹੋਇਆਗਾ ਕਿਤੋਂ ਲਿਖਾਣੀਗਾ ਕੋਈ ਭੰਨ ਤੋੜਨੀ ਹੋਈ ਕੋਈ ਐਕਸੀਡੈਂਟ ਨਹੀਂ ਹੋਇਆ ਤੇ ਡਾਕੂਮੈਂਟ ਵਗੈਰਾ ਸਾਰੇ ਆਲ ਕਲੀਅਰ ਨੇ ਆਲ ਓਕੇ ਡਾਕੂਮੈਂਟ ਨੇ ਟਰੈਕਟਰ ਦੇ ਤੇ ਰੇਟ ਜਿਹੜਾ ਮਾਲਕ ਵੀਰ ਫੋਨ ਤੇ ਦੱਸਣਗੇ ਮਾਲਕਾਂ ਦੇ ਨਾਲ ਤੁਸੀਂ ਫੋਨ ਦੇ ਉੱਪਰ ਗੱਲਬਾਤ ਕਰਕੇ ਰੇਡ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਤੁਸੀਂ ਇਹਨਾਂ ਦੇ ਘਰੇ ਜਾ ਕੇ ਵਾ ਕੇ ਚਲਾ ਕੇ ਚੈੱਕ ਕਰਕੇ ਜਿਹੜਾ ਖਰੀਦ ਸਕਦੇ ਹੋ ਪੂਰਾ ਵਧੀਆ ਮਾਡਲ ਆ ਪੂਰਾ ਸਾਫ ਟਰੈਕਟਰ ਪਿਆ ਹੋਇਆ ਵਾ ਕਮੀ ਪੇਸ਼ੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀਗੀ ਮਾਲਕੀ ਵੀਰ ਜਿਹੜੀ ਗਾਰੰਟੀ ਹੈ ਟਰੈਕਟਰ ਦੀ ਉਹ ਪੂਰੀ ਦੇ ਰਹੇ ਨੇ ਅੱਗੇ ਜਾ ਕੇ ਜੀ ਆਪਣੇ ਕੋਲ ਆ ਜਾਂਦਾ ਪ੍ਰੀ 60 49 ਮਾਡਲ ਦੀ ਗੱਲਬਾਤ ਕਰੀਏ 2013 ਮਾਡਲ ਦਾ ਟਰੈਕਟਰ ਇਹ ਬਹੁਤ ਸਾਫ ਪਿਆ ਹੋਇਆ ਵਾ ਚੰਗੀ ਕੰਡੀਸ਼ਨ ਦੇ ਵਿੱਚ ਆ ਪਰਾਣਾ ਮਾਡਲ ਹੈ ਜੀ 2013 ਤੇ ਸ਼ੋ ਸ਼ੂ ਦਾ ਰੰਗ ਇੰਜਨ ਬਾਡੀ ਚਾਸੀ ਲਿੰਕਾਂ ਦਾ ਰੰਗ ਬਹੁਤ ਹੀ ਜ਼ਿਆਦੇ ਵਧੀਆ ਪਿਆ ਹੋਇਆ ਵਾ ਜਾਂਸੀ ਦੇ ਵਿੱਚ ਜੀ ਟਰੈਕਟਰ ਖੜਾ ਹੋਇਆ ਹੈ ਤੇ 3 ਸਪੀਡ ਆ ਟਰੈਕਟਰ ਆਪਾਂ ਨੂੰ 3 ਸਪੀਡ ਲਿਖਿਆ ਹੋਇਆ ਆਇਆ ਸੀਗਾ ਜੀ ਬਾਕੀ ਤੁਸੀਂ ਜਿਹੜਾ ਮਾਲਕਾਂ ਨਾਲ ਗੱਲਬਾਤ ਕਰ ਲਿਓ ਇਹਦੇ ਬਾਰੇ ਡਿਟੇਲ ਦੇ ਵਿੱਚ ਬਾਕੀ ਸੈ ਸਾਈਡ ਗੇਅਰ ਆ 3,30,000 ਰੁਪਏ ਜਿਹੜਾ ਇਹਦਾ ਮੁੱਲ ਮੰਗਦੇ ਪਏ ਆ ਬਾਕੀ ਮੌਕੇ ਦੇ ਉੱਤੇ ਘੱਟ ਕਰ ਲੈਣਗੇ ਬਾਕੀ ਮੌਕੇ ਦੇ ਉੱਤੇ ਘੱਟ ਕਰ ਲੈਣਗੇ ਮਾਲਕਾਂ ਨੇ ਜੋ ਵੀ ਨੰਬਰ ਨੇ ਸੰਪਰਕ ਦੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫੋਨ ਲਾ ਕੇ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਅ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਦੇ ਬਾਰੇ ਹੋਰ ਗੱਲਬਾਤ ਕਰ ਸਕਦੇ ਹੋ ਟਰੈਕਟਰ ਪੂਰਾ ਸਾਫ਼ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਵਾ ਕਮੀ ਪੇਸ਼ੀੜ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਜਦੋਂ ਮਰਜ਼ੀ ਜਾ ਕੇ ਉਹਨਾਂ ਦੇ ਉੱਤੇ ਜਾ ਕੇ ਤੁਸੀਂ ਚੈੱਕ ਕਰਕੇ ਇਹਨੂੰ ਜਿਹੜਾ ਖਰੀਦ ਸਕਦੇ ਹੋ ਅੱਗੇ ਜਾ ਕੇ ਜੀ ਆਪਣੇ ਕੋਲੇ ਆ ਜਾਂਦਾ 8 ਫੁੱਟਾ ਰੂਟਾਵੇਟਰ ਆ ਜੀ ਮਾਲਕ ਵੀ ਨਵਾਂ ਵੱਲੋਂ ਵਿਕਾਊ ਕੀਤਾ ਹੋਇਆ ਤੇ ਇੱਕ ਮੇਰਾ ਵੀਰ ਜੇ ਤੁਸੀਂ ਚਾਹੋਗੇ ਤਾਂ ਆਪਣੇ ਕੋਲੇ ਸੁਪਰ ਸੀਟਰ ਹੈਗੇ ਨੇ 6-7 5-6 ਹੈਗੇ ਨੇ ਵੀਡੀਓ ਬਣਾ ਦਾਂਗੇ ਕੱਲਿਆਂ ਜੀ ਉਹਨਾਂ ਦੀ ਉਹ ਤੁਸੀਂ ਦੱਸ ਦਿਓ ਠੀਕ ਹੈ ਜੀ 8 ਫੁੱਟਾ ਰੂਟਾਵੇਟਰ ਸਣੇ ਉੱਪਰ ਲਾਹ ਢੋਲ ਵਗੈਰਾ ਵਿਕਾਊ ਆ ਜੀ ਤੇ ਵੀ ਮਾਡਲ ਆ ਜੀ ਇਹ 8 ਫੁੱਟੇ ਦੇ ਵਿੱਚ 60 ਕਿੱਲੇ ਬੀਜੇ ਹੋਏ ਆ ਜੀ ਕੋਲੇ ਇਹਦੇ ਨਾਲ ਕੁੱਲ 60 ਕਿੱਲੇ ਬੀਜੇ ਹੋਏ ਆ ਜੀ ਮੋਗਾ ਏਰੀਆ ਦੇਖੇ ਖੜਾ ਹੋਇਆ ਵਾ ਤੇ ਜਿਹੜਾ ਮੁੱਲ ਹੈ ਨਾ ਉਹ ਹੈਗਾ 1,30,20,000 ਰੁਪਈਆ 1,20,000 ਬਾਕੀ ਮੌਕੇ ਦੇ ਉੱਤੇ ਜਿਹੜਾ ਘਟ ਕੀਤਾ ਜਾਊਗਾ ਮਾਲਕਾਂ ਨੇ ਜੋ ਵੀ ਨੰਬਰ ਨੇ ਸੰਪਰਕ ਦੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਫੋਨ ਲਾ ਕੇ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਇਹ ਰੂਟਾਵੇਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਖਰੀਦ ਸਕਦੇ ਹੋ ਅੱਗੇ ਜਾ ਕੇ ਆਪਣੇ ਕੋਲੇ ਆ ਜਾਂਦਾ ਬਾਈ ਜੀ ਅਰਜਨ ਟਰੈਕਟਰ ਅਰਜਨ 605 15 ਮਾਡਲ ਦਾ ਟਰੈਕਟਰ ਇਹ ਪੂਰਾ ਸਾਫ਼ ਪਿਆ ਹੋਇਆ ਵਾ ਸੋਹਣੀ ਕੰਡੀਸ਼ਨ ਦੇ ਵਿੱਚ ਆ ਕਮੀ ਪੇਸ਼ੇਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਜਦੋਂ ਮਰਜ਼ੀ ਜਾ ਕੇ ਚੈੱਕ ਕਰਕੇ ਇਹਨੂੰ ਜਿਹੜਾ ਸੌਦਾ ਮਾਰ ਕੇ ਤੁਸੀਂ ਇਹ ਟਰੈਕਟਰ ਦਾ ਖਰੀਦ ਸਕਦੇ ਹੋ ਸਾਫ਼ ਕੰਡੀਸ਼ਨ ਦੇ ਵਿੱਚ ਆ ਗਾਰੰਟੀ ਜਿਹੜੀ ਮਾਲਕ ਵੀਰ ਪੂਰੀ ਦੇ ਰਹੇ ਨੇ ਸੈਂਟਰ ਗੇਅਰ ਦੇ ਵਿੱਚ ਆ ਜੀ 15 ਮਾਡਲ ਆ ਨਵੇਂ ਟਾਇਰ ਨੇ ਟਰੈਕਟਰ ਦੇ ਬਾਕੀ ਫੈਬਰ ਹੌਟ ਵਗੈਰਾ ਲੱਗੀ ਹੋਈ ਹੈ ਡੱਕ ਵਗੈਰਾ ਲੱਗਾ ਹੋਇਆ ਉਹ ਤੁਸੀਂ ਇੱਕ ਵਾਰੀ ਪੁੱਛ ਜ਼ਰੂਰ ਲਿਓ ਵੀ ਨਾਲ ਬਾਕੀ ਜਿਹੜੇ ਹਿਸਾਬ ਨਾਲ ਰੇਟ ਆ ਹੋ ਸਕਦਾ ਨਾਲ ਹੀ ਦੇਣਗੇ ਤੇ ਬੰਪਰ ਵਗੈਰਾ ਲੱਗਾ ਹੋਇਆ ਜੀ ਹੈਵੀ ਬੰਪਰ ਆ ਉੱਤੇ ਐਕਸਟਰਾ LED ਬਾਰ ਲਾਈਟ ਵਗੈਰਾ ਲੱਗੀ ਹੋਈ ਹੈ ਬੰਪਰ ਦੇ ਉੱਤੇ ਪੂਰਾ ਸੋਹਣੀ ਕੰਡੀਸ਼ਨ ਦੇ ਵਿੱਚ ਜਿਹੜਾ ਮਾਲਕ ਵੀਰਾਂ ਵੱਲੋਂ ਇਹ ਵਿਕਾਊ ਕੀਤਾ ਹੋਇਆ ਵਾ ਪੂਰੀ ਸੋਹਣੀ ਕੰਡੀਸ਼ਨ ਦੇ ਵਿੱਚ ਜਿਹੜਾ ਟਰੈਕਟਰ ਇਹ ਵਿਕਾਊ ਕੀਤਾ ਹੋਇਆ ਜੀ ਮਾਲਕ ਵੀਰਾਂ ਵੱਲੋਂ ਰੇਟ ਹੈਗਾ ਜੀ 5 ਲੱਖ ਤੇ 75000 ਰੁਪਇਆ ਬਾਕੀ ਮੌਕੇ ਦੇ ਉੱਤੇ ਜਿਹੜਾ ਲੈਸ ਕੀਤਾ ਜਾਊਗਾ ਇਹਦੇ ਰੇਟ ਦੇ ਵਿੱਚੋਂ ਮਾਲਕਾਂ ਦੇ ਨਾਲ ਜਿਹੜਾ ਤੁਸੀਂ ਰੇਟ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਮਾਲਕਾਂ ਦੇ ਨਾਲ ਗੱਲ ਕਰ ਸਕਦੇ ਹੋ ਸੋ ਨੂੰ ਸਾਰੀ ਡਿਟੇਲ ਆ ਜਿਹੜੀ ਮਾਲਕ ਵੀਰ ਦੇ ਦੇਣਗੇ ਟਰੈਕਟਰ ਦੇ ਬਾਰੇ ਹੋਰ ਜੋ ਵੀ ਤੁਸੀਂ ਡਿਟੇਲ ਲੈਣੀ ਹੋਵੇ ਠੀਕ ਹੈ ਜੀ ਮਾਲਕ ਵੀਰਾਂ ਵੱਲੋਂ ਦਿੱਤੀ ਜਾਊਗੀ। ਪੱਕੇ ਜਾ ਕੇ ਆਪਣੇ ਕੋਲੇ ਆ ਜਾਂਦਾ ਜੀ ਨਾਲ ਇਹਦੇ ਵਿੱਚ ਅ 855 2020 ਮਾਡਲ ਦਾ ਟਰੈਕਟਰ ਇਹ ਟਰੈਕਟਰ ਪੂਰਾ ਸਾਫ਼ ਪਿਆ ਹੋਇਆ ਵਾ ਕੰਮੀ ਪੇਸ਼ੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਬਾਕੀ ਤੁਸੀਂ ਵੇਖ ਹੀ ਸਕਦੇ ਫੋਟੋਆਂ ਦੇ ਵਿੱਚ ਟਰੈਕਟਰ ਪੂਰਾ ਸੋਹਣਾ ਵਾ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਵਾ ਤੇ 16 ਨ 28 ਦੇ ਟਾਇਰ ਨੇ ਤੇ 375 ਘੰਟੇ ਜਿਹੜਾ ਟਰੈਕਟਰ ਕੋਲ ਚੱਲਿਆ ਹੋਇਆ ਹਜੇ ਤੱਕ ਕੋਈ ਬਾਹਲਾ ਨਹੀਂ ਚੱਲਿਆਗਾ ਠੀਕ ਠਾਕ ਚੱਲਿਆ ਹੋਇਆ ਵਾ ਤੇ ਬਰਨਾਲਾ ਏਰੀਆ ਵਿੱਚ ਇਹ ਟਰੈਕਟਰ ਖੜਾ ਹੋਇਆ ਹੈ ਉੱਥੇ ਤੁਸੀਂ ਜਾ ਕੇ ਬਾਕੀ ਇਹਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹਨੂੰ ਇਹਦਾ ਸੌਦਾ ਕਰ ਸਕਦੇ ਹੋ ਜਿੰਨਾਂ ਨੂੰ ਵੀ ਲੈਣਾ ਹੋਵੇ ਇਹ ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ ਬਾਕੀ ਟਰੈਕਟਰ ਪੂਰਾ ਸਾਫ਼ ਆ ਸੋਹਣੀ ਕੰਡੀਸ਼ਨ ਦੇ ਵਿੱਚ ਤੇ ਰੇਟ ਆ ਜਿਹੜਾ ਟਰੈਕਟਰ ਦਾ ਹੋਵੇਗਾ 6 ਲੱਖ ਤੇ 65000 ਰੁਪਈਆ ਬਾਕੀ ਮੌਕੇ ਦੇ ਉੱਤੇ ਜਿਹੜਾ ਰੇਟ ਦੇ ਵਿੱਚੋਂ ਘੱਟ ਵੱਧ ਕੀਤਾ ਜਾਊਗਾ ਮਾਲਕਾਂ ਦੇ ਜੋ ਵੀ ਨੰਬਰ ਨੇ ਸੰਪਰਕ ਦੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਫੋਨ ਲਾ ਕੇ ਖਰੀਦ ਸਕਦੇ ਹੋ ਜਿੰਨਾ ਵੀਰਾਂ ਨੇ ਵੀ ਲੈਣਾ ਹੋਵੇ ਤੇ ਅੱਗੇ ਜਾ ਕੇ ਜੀ ਆਪਣੇ ਕੋਲੇ ਆ ਜਾਂਦੀ ਟਰਾਲੀ ਵਿਕਾਊ ਆ ਜੀ ਵੇਖ ਸਕਦੇ ਹੋ ਟਰਾਲੀ ਪੂਰੀ ਵਧੀਆ ਪਈ ਹੋਈ ਆ ਹੈਵੀ ਟਰਾਲੀ ਆ ਚੰਗੀ ਕੰਡੀਸ਼ਨ ਦੇ ਵਿੱਚ ਆ ਜੀ ਹਾਲਤ ਦੀ ਪੂਰੀ ਸੋਹਣੀ ਆ 11 13 ਫੁੱਟ ਦੀ ਟਰਾਲੀ ਆ ਵੇਖ ਸਕਦੇ ਹੋ ਹਾਲਤ ਵਗੈਰਾ ਵਧੀਆ ਪਈ ਹੋਈ ਐ 60 ਪੈਸੇ ਟਾਇਰ ਨੇ ਤੇ ਰੇਟ ਆ ਜਿਹੜਾ ਉਹ ਹੈਗਾ ਜੀ ਇਹਦਾ 1,10,000 ਰੁਪਇਆ ਬਾਕੀ ਮੌਕੇ ਦੇ ਉੱਤੇ ਆਂਦੇ ਸੀ ਘੱਟ ਕਰ ਲਾਂਗੇ ਜੈਕ ਵਗੈਰਾ ਨਹੀਂ ਲੱਗਾ ਹੋਇਆ ਤਾਂ ਇਹ ਨੂੰ ਇਹਨਾਂ ਰੇਟ ਘੱਟਾਂ ਉਹ ਵੈਸੇ ਹੈ ਡਬਲ ਟੈਰੀ ਆ ਜੈਕ ਵਗੈਰਾ ਤੁਸੀਂ ਲਵਾ ਸਕਦੇ ਹੋ ਜੇ ਜਿਨ੍ਹਾਂ ਨੇ ਲਵਾਉਣਾ ਵਾ ਬਿਨਾ ਜੈਕ ਤੋਂ ਮਾ 13 ਫੁੱਟ ਟਰਾਲੀ ਕਹ ਲਓ ਲਗਭਗ ਮੈਂ ਟਰਾਲੀ ਤਾਂ ਕਹਿ ਰਿਹਾ ਵੀ ਕਿਉਂਕਿ ਜੈਕ ਨਹੀਂ ਲੱਗਾ ਹੋਇਆ ਇਹਨੂੰ ਟਾਇਰ 60 ਪੈਸੇ ਨੇ ਡਬਲ ਟਾਇਰ ਤੇ ਮਾਲਕਾਂ ਦੇ ਜੋ ਵੀ ਨੰਬਰ ਨੇ ਉਹ ਆਪਾਂ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਫੋਨ ਲਾ ਸਕਦੇ ਹੋ ਬਾਕੀ ਬੈਡ ਬੁੱਡ ਲੱਗੇ ਹੋਏ ਨੇ ਨਾਲ ਦੇਣਗੇ ਉਹ ਤਾਂ ਤੇ ਮੈਨੂੰ ਫੋਟੋਆਂ ਭੇਜੀ ਗਈਆਂ ਸੀਗੀਆਂ ਵੇਡਾਂ ਦੀਆਂ ਬਾਕੀ ਤੁਸੀਂ ਇੱਕ ਵਾਰੀ ਫੋਨ ਲਾ ਕੇ ਜਿਹੜਾ ਮਾਲਕਾਂ ਨਾਲ ਗੱਲਬਾਤ ਕਰਕੇ ਡਿਟੇਲ ਦੇ ਵਿੱਚ ਉਹਨਾਂ ਤੋਂ ਪੁੱਛ ਸਕਦੇ ਹੋ ਅੱਗੇ ਆ ਜਾਂਦਾ ਜੀ ਆਪਣੇ ਕੋਲੇ HMT 5811 1991 ਮਾਡਲ ਦਾ ਰੈਕਟਰ ਇਹ ਵੇਖ ਸਕਦੇ ਹੋ ਹਾਲਤ ਵਗੈਰਾ ਦਾ ਪੂਰਾ ਵਧੀਆ ਪਿਆ ਹੋਇਆ ਵਾ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀਗੀ 95 ਪੈਸੇ ਟਾਇਰ ਨੇ ਟਰੈਕਟਰ ਦੇ 1,60,000 ਰੁਪਇਆ ਰੇਟ ਆ 1,60,000 ਰੁਪਇਆ ਰੇਟ ਆ ਰਾਮਪੁਰਾ ਫੂਲ ਜਿਹੜਾ ਏਰੀਆ ਜੀ ਮਾਲਕਾਂ ਦਾ ਰਾਮਪੁਰਾ ਫੂਲ ਤੇ ਇੱਕ ਮੇਰਾ ਵੀਰ ਯਾਰ ਆਪਣਾ ਜੱਟ ਜੋਂ 2 ਹੈ ਜਿਹੜਾ ਚੈਨਲ ਆ ਜੀ ਤੇ 91 ਗ੍ਰਾਂ ਪਾਉਂਦੇ ਹੁੰਦੇ ਆ ਆਪਾਂ ਉਹ ਬਕਾਊ ਕੀਤਾ ਹੋਇਆ ਆਪਣਾ ਜੇ ਕਿਸੇ ਵੀਰ ਨੇ ਲੈਣਾ ਹੋਵੇ ਭਾਈ ਸੱਜਣ ਮਿੱਤਰ ਨੇ ਲੈ ਸਕਦੇ ਮੋਨਟਾਈਜ਼ ਹੋਇਆ ਪੈਸੇ ਆਉਂਦੇ ਉਹਦੇ ਵਿੱਚ ਤੇ ਉਹ ਤੁਸੀਂ ਲੈ ਸਕਦੇ ਹੋ ਜਿਨ੍ਹਾਂ ਨੇ ਵੀ ਲੈਣਾ ਹੋਵੇ ਆਪਾਂ ਨੂੰ ਸੰਪਰਕ ਕਰ ਲਿਓ ਵੀਰੇ ਠੀਕ ਹੈ ਜੀ ਆਪਾਂ WhatsApp ਤੇ ਮੈਸੇਜ ਕਰ ਦਿਓ ਆਪਾਂ ਦੇ ਦੇ ਸਕਦੇ ਆ ਉਹ ਤੇ 1,60,000 ਰੁਪਏ ਇਹ ਟਰੈਕਟਰ ਦਾ ਰੇਟ ਹੈ ਜੀ 95% ਟਾਇਰ ਨੇ ਮਾਲਕਾਂ ਦੇ ਜੋ ਵੀ ਨੰਬਰ ਨੇ ਆਪਾਂ ਤੁਹਾਨੂੰ ਥੱਲੇ ਦੇ ਰਹੇ ਆ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫੋਨ ਲਾ ਕੇ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਇਹ ਟਰੈਕਟਰ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਦਾ ਤੁਸੀਂ ਸੌਦਾ ਕਰ ਸਕਦੇ ਹੋ ਜਿੰਨਾਂ ਨੇ ਵੀ ਕਰਨਾ ਹੋਵੇ ਬਾਕੀ ਕਮੀ ਪੇਸ਼ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਗਾਰੰਟੀ ਜਿਹੜੀ ਮਾਲਕ ਵੀਰਾਂ ਵੱਲੋਂ ਪੂਰੀ ਦਿੱਤੀ ਜਾ ਰਹੀ ਹੈ ਬਾਕੀ ਅੱਗੇ ਜਾ ਕੇ ਆ ਜਾਂਦਾ ਜੀ ਆਪਣੇ ਕੋਲੇ 3630 ਸਪੈਸ਼ਲ ਐਡੀਸ਼ਨ 2020 ਮਾਡਲ ਹੈ ਤੇ 2021 ਦੀ ਕਾਪੀ ਆ 20 ਮਾਡਲ ਹੈ ਤੇ 2021 ਦੀ ਕਾਪੀ ਆ ਜੀ ਟਰੈਕਟਰ ਦੀ 3 ਲੱਖ ਤੇ 320 ਘੰਟੇ ਚੱਲਿਆ ਹੋਇਆ ਸੌਰੀ ਔਰ 320 ਘੰਟੇ ਚੱਲਿਆ ਹੋਇਆ ਵਾ ਮੋਗੇ ਰਗੇ ਵਿਖੇ ਟਰੈਕਟਰ ਖੜਾ ਹੋਇਆ ਜੀ ਇਹ ਮੋਗੇ ਰਗੇ ਵਿਖੇ ਟਰੈਕਟਰ ਖੜਾ ਹੋਇਆ ਵਾ 7 ਲੱਖ ਤੇ 65000 ਰੁਪਿਆ ਟਰੈਕਟਰ ਦਾ ਜਿਹੜਾ ਮੁੱਲ ਮੰਗਦੇ ਪਏ ਆ ਬਾਕੀ ਆਦੇ ਸੀ ਮੌਕੇ ਦੇ ਉੱਤੇ ਘੱਟ ਵੱਧ ਕਰ ਲਾਂਗੇ ਰੇਟ ਦੇ ਵਿੱਚ ਹੋ ਜਾਊਗਾ ਮਾਲਕਾਂ ਦੇ ਜੋ ਵੀ ਨੰਬਰ ਨੇ ਸੰਪਰਕ ਦੇ ਉਹ ਪਤਾ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਕੋਈ ਫੋਨ ਲਾ ਕੇ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਇਹ ਟਰੈਕਟਰ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹਦਾ ਸੌਦਾ ਕਰ ਸਕਦੇ ਹੋ ਜਿਨ੍ਹਾਂ ਨੇ ਵੀ ਖਰੀਦਣਾ ਹੋਵੇ ਇਹ ਪੂਰਾ ਸਾਫ਼ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਵਿਕਾਊ ਪਾਇਆ ਹੋਇਆ ਹੈ ਜੀ ਕਮੀ ਪੇਸ਼ੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੋएगी ਜਿਰੋ ਮਰਜ਼ੀ ਜਾ ਕੇ ਚੈੱਕ ਕਰਕੇ ਵਾ ਕੇ ਇਹਨੂੰ ਖਰੀਦ ਸਕਦੇ ਹੋ ਤੁਸੀਂ ਅਵੀ ਮਾਡਲ ਆ 2021 ਦੀ ਕਾਪੀ ਹੈ 320 ਘੰਟੇ ਚੱਲਿਆ ਹੋਇਆ ਡ੍ਰਾਈਵਰ ਬਾਕੀ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਆਖਰ ਤੱਕ ਵੇਖਣ ਲਈ ਵਧੀਆ ਲੱਗਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ